السلام عليكم. عثمان 50 ਕੈਂਪ ਤੇ ਸਬਸਕ੍ਰਾਈਬ ਕਰੋ, ਬੈਲ ਆਪਨ ਲਾਜ਼ਮ ਪ੍ਰੈਸ ਕਰੋ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਟਾਈਮ ਤੇ ਤੁਹਾਡੇ ਤੱਕ ਪਹੁੰਚ ਸਕੇ। ਅੱਛਾ ਜੀ, ਅੱਜ ਵੀਡੀਓ ਕੁਝ ਇਸ ਤਰ੍ਹਾਂ ਦੀ ਆ, ਕਿਉਂਕਿ ਜੀ ਸਭ ਤੋਂ ਪਹਿਲਾਂ ਤਾਂ ਘਰ ਦਾ ਕੰਮ ਕਰਕੇ ਹਟੀਆਂ, ਸਾਰਾ ਨਾਸ਼ਤਾ ਵਗੈਰਾ ਕਰ ਲਿਆ ਬੱਚਿਆਂ ਨੇ, ਮੈਂ ਵੀ, ਅਤੇ ਘਰ ਦਾ ਕੰਮ ਕੀਤਾ ਵਾ ਸਾਰਾ ਕਰਕੇ, ਕਿਉਂਕਿ ਸੁਬਹਾ ਸੁਬਹਾ ਬਾਰਿਸ਼ ਪੈਣ ਲੱਗ ਗਈ ਸੀਗੀ, ਤੜਕੇ 'ਚ ਬਹੁਤ ਜ਼ਿਆਦਾ ਬੱਦਲ ਆ ਗਿਆ ਸੀਗਾ ਅਤੇ ਬਾਰਿਸ਼ ਪੈਣ ਲੱਗ ਗਈ ਸੀਗੀ, ਅਤੇ ਇਸ ਵਾਸਤੇ ਫਿਰ ਬੱਚੀਆਂ ਤਾਂ ਨਹੀਂ ਨਹੀਂ ਗਈਆਂ ਹੋਈਆਂ ਸਕੂਲ। ਮੈਂ ਵੀ ਸ਼ਨਾਤ ਸ਼ੁਣੀ ਇੰਨਾ ਸ਼ਰੋਲ ਔਰ ਸ਼ਦੇਵ ਗਏ ਹੋਏ ਆ, ਕਿਉਂਕਿ ਉਹਨਾਂ ਦੇ ਤਾਂ ਸਕੂਲ ਨੇੜੇ ਆ, ਅਤੇ ਮਹਾਮਨਾ ਤਾਂ ਦੂਸਰੇ ਚੱਕ 'ਚ ਜਾਂਦੀਆਂ, ਫਿਰ ਬਾਈ ਨਹੀਂ ਲੈ ਗਿਆ ਹੈਗਾ, ਕਹਿੰਦਾ ਆਪੀ ਬਾਰਿਸ਼ ਪੈਂਦੇ ਹੀ ਆ, ਅਤੇ ਉੱਧਰ ਵੀ ਬਾਰਿਸ਼ ਵਿੱਚ ਭੇਜਦੀਆਂ ਹੋਈਆਂ ਬੱਚੀਆਂ, ਅਤੇ ਅੱਜ ਤੁਸੀਂ ਛੁੱਟੀ ਕਰਾ ਦਿਓ ਜੀ। ਮੈਂ ਨਾ ਬੱਚੇ ਕੋਈ ਵੀ ਲੈ ਕੇ ਜਾ ਆਉਂਦਾ, ਮੈਂ ਬੱਚਿਆਂ ਸਾਰਿਆਂ ਨੂੰ ਛੁੱਟੀ ਕਰਵਾਤੀ ਆ, ਕਿਉਂਕਿ ਬਾਰਿਸ਼ ਵਿੱਚ ਫਿਰ ਇੰਨਾ ਜਿਹੜਾ ਰਸ਼ਕਾ ਨਾ ਉਹ ਨਹੀਂ ਚੱਲਦਾ ਹੈਗਾ। ਇਸ ਵਾਸਤੇ ਮੈਂ ਵੀ ਸ਼ਨਾਤ 'ਚ ਨਹੀਂ ਗਈਆਂ ਹੈਗੀਆਂ, ਉਹ ਹੁਣ ਖੇਡਣ ਗਈਆਂ ਅਤੇ ਮੈਂ ਲੱਗੀ ਸੀ ਕੰਮ ਕਰਨ, ਕਿਉਂਕਿ ਜਦੋਂ ਸ਼ਰੋ ਸੁਬਹਾ ਗਿਆ ਨਾ, ਚਾਰ ਪਹੀਆਂ ਡੇਗ ਗਿਆ ਉੱਪਰਲੀਆਂ ਜਿਹੜੀਆਂ ਮੈਂ ਉੱਪਰ ਨੀਚੇ ਡਾਹੀਆਂ ਹੋਈਆਂ ਕਰਕੇ, ਅਤੇ ਉਹ ਡੇਗ ਗਿਆ, ਉਹ ਹੁਣ ਚੁੱਕ ਕੇ ਮੈਂ ਵੀ ਨਾਲ ਲੈ ਕੇ ਰੱਖਦੀ ਹਾਂ ਉੱਪਰ। ਔਰ ਕੱਲ੍ਹ ਚਾਦਰ ਧੋਤੀ ਸੀ ਬੈਡ ਦੀ, ਚਾਦਰ ਭਰਨੀ ਹੈ ਝਾੜ ਕੇ ਬੈਡ ਨੂੰ, ਔਰ ਨਾਲ ਦੇ ਮਸਾਇਆਂ ਦੀ ਜਿਹੜੀ ਮਸ਼ੀਨ ਲੈ ਕੇ ਆਉਂਦੀ ਸੀਗੀ ਮੈਂ, ਉਹ ਦੇਖੋ ਪਈ ਹੋਈ, ਅਤੇ ਇਹ ਵਾਲੀ ਮਸ਼ੀਨ ਦੇ ਕੇ ਆਉਂਦੀ ਹਾਂ, ਕਿਉਂਕਿ ਫਿਰ ਵੀ ਬੰਦੇ ਨੂੰ ਕੰਮ ਪੈ ਜਾਂਦਾ ਟਾਈਮ ਨਾਲ ਮਸ਼ੀਨ ਉਹਨਾਂ ਦੀ ਦਵਾ, ਅਤੇ ਹੁਣ ਦਾਦਾ ਕਰਦੀ ਹਾਂ ਚਾਦਰ ਚੁਦਾ ਵਿਛਾਉਂਦੀ ਹਾਂ, ਅਤੇ ਦੁਪਹਿਰ ਦੇ ਖਾਣੇ ਵਿੱਚ ਕਿਉਂਕਿ ਦਾਲ ਪਈ ਆ, ਦਾਲ ਬਣਾਈ ਸੀ ਰਾਤੀ, ਦਾਲ ਪਈ ਆ, ਅਤੇ ਤੜਕੇ ਵਾਲੇ ਨਾਲ ਚਾਵਲ ਬਣਾ ਲੈਣੇ ਦੁਪਹਿਰ ਨੂੰ, ਅਤੇ ਬੱਚੇ ਅੱਗੇ ਸ਼ੌਂਕ ਨਾਲ ਖਾਂਦੇ ਮੇਰੇ ਚਾਵਲ ਮਾਸ਼ਾਅੱਲਾ, ਅਤੇ ਇਸ ਵਾਸਤੇ ਮੈਂ ਬੱਚਿਆਂ ਵਾਸਤੇ ਚਾਵਲ ਬਣਾ ਲੈਣੇ ਆ। ਬੱਚੇ ਅੱਗੇ ਕਹਿੰਦੇ ਸੀ ਮੰਮਾ ਜਾਂ ਮਸਰ ਚਾਵਲ ਦੇ ਬਣਾ ਕੇ, ਮੈਂ ਕਿਹਾ ਮਸਰ ਤਾਂ ਨਹੀਂ, ਦਾਲ ਪਈ ਆ ਅਤੇ ਤੁਹਾਨੂੰ ਚਾਵਲ ਬਣਾ ਦਾਂਗੀ ਦੁਪਹਿਰ ਨੂੰ ਰੋਟੀ, ਚਲੋ ਨਾ ਬਣਾਵਾਂਗੀ। ਅਤੇ ਅੰਮੀ ਹੁਣੀ ਵੀ ਮਾਸ਼ਾਅੱਲਾ ਠੀਕ ਠਾਕ ਆ, ਸ਼ੁਕਰ ਅਲਹਮਦੁਲਿਲਾ। ਅੰਮੀ ਦੀ ਕੁਛ ਤਬੀਅਤ ਖਰਾਬ ਸੀਗੀ ਪਿਛਲੇ ਜਿਹੇ ਦਿਨਾਂ ਵਿੱਚ, ਅਤੇ ਹੁਣ ਸ਼ੁਕਰ ਅਲਹਮਦੁਲਿਲਾ ਠੀਕ ਆ ਅੰਮੀ ਵੀ, ਕਿਉਂਕਿ ਡ੍ਰਿਪ ਵਗੈਰਾ ਲੱਗੀ ਸੀ ਅੰਮੀ ਨੂੰ, ਅਤੇ ਹੁਣ ਮਾਸ਼ਾਅੱਲਾ ਠੀਕ ਆ। ਉੱਪਰ ਚਾਦਰ ਲੈ ਕੇ ਆਈ ਹਾਂ ਬੈਡ ਦੀ, ਅਤੇ ਹੁਣ ਮੈਂ ਵਿਛ ਮਾਰਦੀ ਹਾਂ ਆਵਾਜ਼ ਮਾਰ ਕੇ ਆਵਾਜ਼, ਅਤੇ ਚਾਦਰ ਵਿਛਾਉਂਦੀ ਹਾਂ, ਅਤੇ ਫਿਰ ਉਹਦੇ ਬਾਬਾ ਹੋਣਾ ਨੂੰ ਵੀ ਮੈਂ ਸੁਬਹਾ ਸੁਬਹਾ ਕੀਤੀ ਸੀ ਕਾਲ, ਨਾਸ਼ਤਾ ਕਰਨ ਦੇ ਸੀ ਜਦੋਂ ਮੈਂ ਕੀਤੀ ਕਾਲ, ਅਤੇ ਉਦੋਂ ਤਾਂ ਉਹਨਾਂ ਨੇ ਕਾਲ ਚੱਕੀ ਨਹੀਂ ਹੈਗੀ, ਮੁੜ ਕੇ ਉਹਨਾਂ ਨੇ ਫਿਰ ਆਪ ਉਹਨਾਂ ਨੇ ਦੁਬਾਰਾ ਕਾਲ ਕੀਤੀ, ਅਤੇ ਫਿਰ ਕੀਤੀ ਗੱਲ ਅੰਮੀ ਨਾਲ ਵੀ ਅੱਬੂ ਨਾਲ ਵੀ, ਅਤੇ ਅੰਮੀ ਨਾਸ਼ਤਾ ਕਰਵਾਉਣ ਆਈ ਸੀ ਸ਼ਰੋ ਦੇ ਪਾਪਾ ਹੋਣਾ ਨੂੰ, ਅੰਮੀ ਕਹਿੰਦੀ ਪੁੱਛ ਵਕਤ ਹੀ ਆ ਗਏ ਸੀ ਉੱਠਦੇ ਸਾਰੇ, ਅਤੇ ਹੁਣ ਮੈਂ ਕਿਹਾ ਚਲੋ ਜਾ ਕੇ ਮੈਂ ਨਾਸ਼ਤਾ ਕਰਵਾਇਆ ਵਾਂ, ਅਤੇ ਕਹਿੰਦੇ ਸੀ ਨਾਸ਼ਤਾ ਮੈਂ ਕੰਮ 'ਤੇ ਕਰਾਂਗੇ, ਅਤੇ ਮੈਂ ਕਿਹਾ ਚਲੋ ਠੀਕ ਆ, ਅੱਲਾ ਕਰੇ ਖੈਰ ਖੈਰੋ ਫਿਰ ਦਿਨ ਤੁਹਾਡਾ ਘਰ ਬਣ ਜਾਵੇ, ਸਿਰ ਲਕੋ ਬਣ ਜਾਵੇ, ਅਤੇ ਹੋਰ ਕੀ ਚਾਹੀਦਾ, ਅਤੇ ਅੱਲਾ ਤਾਂ ਦੋਸਤੀ ਦੇਵੇ ਮੇਰੇ ਮਾਂ ਪਿਓ ਨੂੰ ਔਰ ਮੇਰੇ ਭਰਾਵਾਂ ਨੂੰ, ਅਤੇ ਅੱਲਾ ਮੇਰੀ ਜ਼ਿੰਦਗੀ ਕਰੇ ਕੋਈ ਦੁੱਖ ਤਕਲੀਫ ਹੁੰਦੀ ਜ਼ਿੰਦਗੀ ਵਿੱਚ ਨਾ ਆਵੇ, ਅਸੀਂ ਇਹੀ ਧੀਆਂ 'ਤੇ ਹੀ ਦੁਆ ਕਰਦੀਆਂ, ਅਤੇ ਕਿਉਂਕਿ ਅੰਮੀ ਕਹਿੰਦੀ ਸੀ ਮਾਸ਼ਾਅੱਲਾ ਕੰਮ ਸਹੀ ਨਹੀਂ ਵਿੜਨ ਦੇ ਆ ਦੋਨੋਂ ਭਰਾ, ਮਾਸ਼ਾਅੱਲਾ ਲੱਗੇ ਹੋਏ ਦੂਹ ਕੰਮ ਕਰਨ, ਚਲੋ ਮੈਂ ਕਿਹਾ ਮਾਸ਼ਾਅੱਲਾ ਚਲੋ, ਮੈਂ ਕਿਹਾ ਦੋ ਜਾਣੇ ਹੈਗੇ, ਦੋ ਹੱਥ ਦੋ ਹੀ ਆ, ਚਾਰ ਹੱਥ ਚਾਰ ਹੀ ਆ, ਚਲੋ ਹੱਥੋ ਹੱਥੀ ਨਾਲ ਟਾਈਮ ਨਾਲ ਨਿਬੜ ਜੂਗਾ ਕੰਮ, ਅਤੇ ਚਲੋ ਉਹਦੇ ਪਾਪਾ ਨੂੰ ਕਹਿੰਦੇ ਸੀ ਨਹੀਂ ਮਾਸ਼ਾਅੱਲਾ ਲੱਗਾ ਹੋਇਆ ਮੈਂ ਕੰਮ 'ਤੇ, ਕੋਈ ਜਲਦੀ ਅੰਮੀ ਹੁਣਾਂ ਦਾ ਸਿਰ ਲਕੋ ਨਾ ਜਿਹੜਾ ਟਾਈਮ ਨਾਲ ਬਣਾ ਕੇ, ਅਤੇ ਮੈਂ ਫਿਰ ਵਾਪਸ ਆ ਜਾਊਂਗਾ, ਮੈਂ ਕਿਹਾ ਚਲੋ ਚਲੋ ਠੀਕ ਆ। ਅਤੇ ਕਹਿੰਦੇ ਸੀ ਵਲੋਗ ਵਲੂਗ ਬਣਾਉਂਦੀ ਰਹੀ ਆਪਣੀ, ਵੀਡੀਓ ਸ਼ੀਡੀਓ ਬਣਾ ਕੇ ਚਾਰਦੀ ਰਹੀ, ਇਹ ਨਾ ਹੋਵੇ ਵੀਡੀਓ ਜਿਹੜਾ ਬਣਾਵੇ, ਮੈਂ ਕਿਹਾ ਨਹੀਂ ਵੀਡੀਓ ਤਾਂ ਬਣਾਵਾਂਗੀ, ਇਹ ਤਾਂ ਮੈਂ ਕਿਹਾ ਇੱਕ ਰੋਜ਼ੀ ਰੋਟੀ ਆ, ਕਰਾਂਗੇ ਤਾਂ ਖਾਵਾਂਗੇ, ਘਰ ਬੈਠਾ ਤਾਂ ਕਿਸੇ ਨੇ ਦੇ ਕੇ ਜਾਣਾ ਹੈਗਾ।
ਅਤੇ ਮੈਂ ਕਿਹਾ ਰੋਟੀ ਵੀ ਨਾ ਰੋਟੀ ਵੀ ਜਿਹੜੀ ਤੋੜ ਕੇ ਮੂੰਹ 'ਚ ਪਾਈਏ ਤਾਂ ਪਿੰਜ ਕੇ ਜਾਂਦੇ ਆਪਣੇ ਆਪ ਨਹੀਂ ਪੈਂਦੀ ਹੈਗੀ ਅਤੇ ਇਸ ਪਾਸੇ ਮੈਂ ਕਰਾਂਗੇ ਤਾਂ ਖਾਵਾਂਗੇ ਵੀ ਜੇ ਮੈਂ ਕਿਹਾ ਬਣਾ ਕੇ ਚੜ੍ਹਾਂਗੇ ਕਹਿੰਦਾ ਬਸ ਠੀਕ ਹੈ ਠੀਕ ਆ ਪਾ ਇੱਕ ਬਣਾ ਕੇ ਜੋ ਬਲੋਕ ਆਪਣਾ ਚੜ੍ਹ ਲਿਆ ਕਰੀ ਬਣਾਇਆ ਜ਼ਰੂਰ ਕਰੀ ਮੈਂ ਕਿਹਾ ਚਲੋ ਠੀਕ ਆ ਅਤੇ ਉਹ ਦੇਖੋ ਉਹਦੇ ਦੇਖੋ ਆਹ ਮੇਰੇ ਸ਼ਰੋਲ ਦੇ ਕੰਮ ਲਾਈਟਾਂ ਜਾਲ ਲਾ ਪਹਿਲਾਂ ਆਹ ਮੇਰੇ ਸ਼ਰੋਲ ਦੇ ਕੰਮ ਆ ਜੀ ਦੇਖੋ ਮੰਜਾ ਡੇਕ ਕੇ ਗਿਆ ਹੋਇਆ ਅਤੇ ਹੁਣ ਮੈਂ ਚਾਦਰ ਵਿਛਾਵਾਂ ਉੱਪਰ ਅਤੇ ਮੈਂ ਉਸ ਵਿੱਚ ਲੈ ਕੇ ਨਾ 4 ਰੁਪਈਆ ਕਰਦੀ ਹਾਂ ਉੱਪਰ ਰੱਖ ਦੀ ਚੁੱਕੇ ਅਤੇ ਫਿਰ ਦੁਪਹਿਰ ਦਾ ਖਾਣਾ ਉਹ ਬੱਚਿਆਂ ਵਾਸਤੇ ਕਰਦੀ ਹਾਂ ਤਿਆਰ ਚਸ਼ਮਾ ਕਿੱਥੇ ਲੱਗਾ ਬਸ ਇਹ ਬੱਚੇ ਜਦੋਂ ਲੈਂਦੇ ਨਾ ਪੰਗੇ ਜ਼ਿਆਦਾ ਤਾਂ ਸ਼ਰੋਲ ਮੰਜੀਆਂ ਸਿੱਟਦਾ ਕਰ ਚੱਲ ਉਧਰ ਮਿੱਟੀ ਨਾ ਚਾਦਰ ਛਵਾ ਦਿੰਦੇ ਇੰਨਾ ਉਧਰ ਬੰਦਾ ਹਾਂਜੀ ਮੈਂ ਚਾਵਲ ਦਊ ਨਾ ਬਣਾ ਕੇ ਜੇ ਮੈਂ ਕਹਿ ਦਿੱਤੀ ਮੈਂ ਕਿਹਾ ਮੇਰੇ ਬੱਚੇ ਚਾਵਲ ਜ਼ਿਆਦਾ ਸ਼ੌਕ ਨਾਲ ਖਾਂਦੇ ਆ ਦੁਪਹਿਰ ਨੂੰ ਮੈਂ ਕਿਹਾ ਚਾਵਲ ਆਪਣੇ ਬੱਚਿਆਂ ਨੂੰ ਬਣਾ ਕੇ ਖੇਡੀਆਂ ਚੱਲ ਮਿੱਟੀ ਮਾਸ਼ਾ ਮੇਰੀ ਧੀਆਂ ਮੇਰੇ ਨਾਲ ਕੰਮ ਕਰਵਾਉਂਦੀਆਂ ਪਰ ਬਰਾਬਰ ਕਰਕੇ ਵਿਛਾਈ ਮਿੱਟੀ ਆ ਦੇ ਅੱਜ ਵੀ ਮੈਂ ਕਰਨੀ ਹੈ ਨਹੀਂ ਕਰਨੀ ਕਿਉਂਕਿ ਬੈਡ ਤੇ ਵੀ ਚਾਦਰ ਧੋ ਸਵਾ ਸੁਥਰੀ ਵਿਛੀ ਹੁੰਦੀ ਤੇ ਸੋਹਣੀ ਲੱਗਦੀ ਹੈ ਵੈਸੇ ਕਾਲੀ ਆ ਨਾ ਸੋਹਣੀ ਰਹੀ ਨਾ ਤੁਸੀਂ ਲੱਗਣ ਮੈਂ ਕਿਹਾ ਮੇਰੀ ਧੀਆਂ ਦਾ ਜੇ ਛੁੱਟੀ ਹੋ ਗਈ ਬਾਰਿਸ਼ ਪੈਣ ਲੱਗ ਗਈ ਤੇ ਮੇਰੀ ਧੀਆਂ ਸਕੂਲ ਜਾਣ ਨੂੰ ਰਹਿ ਗਈਆਂ ਉਹ ਪਰੇ ਮਾਰ ਕਰ ਸਹੀ 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 ਤਾਂ ਬੇਟੀ ਲੋ ਚਾਦਰ ਛਾਤੀ ਹੈ ਮੰਜੇ ਉੱਪਰ ਚੱਕ ਰੱਖਤੇ ਆ ਤੇ ਹੁਣ ਦੁਪਹਿਰ ਦਾ ਜਿਹੜਾ ਖਾਣਾ ਵਾ ਉਹ ਮੈਂ ਫਿਰ ਬਣਾਉਂਦੀ ਹਾਂ ਚੱਲ ਠਹਿਰ ਕੇ ਕਿਉਂਕਿ ਹਜੇ 11 ਵਜੇ ਆ ਹੁਣ ਤੇ ਖਾਣਾ ਫਿਰ ਬੱਚਿਆਂ ਵਾਸਤੇ ਬਣਾ ਕੇ ਰੱਖਾਂਗੀ ਨਾਲੇ ਸ਼ਰੋਲ ਤੇ ਉਰਸ਼ਾ ਦੇ ਫਿਰ ਸਕੂਲੋਂ ਆ ਜਾਵਾਂਗੇ ਤੇ ਚਾਦਰ ਜਦੋਂ ਛਾਤੀ ਆ ਮੰਜਾ ਉੱਪਰ ਰੱਖ ਕੇ ਅਤੇ ਮੇਰੀ ਯੂਟਿਊਬ ਫੈਮਿਲੀ ਅੱਗੇ ਛੋਟੀ ਜਿਹੀ ਰਿਕੁਐਸਟ ਕਰਦੀ ਹਾਂ ਮੇਰੇ ਮਾਂ ਪਿਓ ਵਾਸਤੇ ਦੁਆ ਕਰੀਓ ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਅੱਲਾ ਉਹਨਾਂ ਨੂੰ ਆਪਣੀਆਂ ਟੈਨਸ਼ਨਾਂ ਤੋਂ ਦੂਰ ਰੱਖੇ ਜਿਹੜੀ ਉਹਨਾਂ ਦੀ 4 ਦਿਨ ਜ਼ਿੰਦਗੀ ਆ ਅਤੇ ਆਪਣੀਆਂ ਜਿਹੜੀ ਜ਼ਿੰਦਗੀ ਸਕੂਨ ਨਾਲ ਗੁਜ਼ਾਰਨ ਅਤੇ ਇਸ ਵਾਸਤੇ ਧੀਆਂ ਦੁਆ ਹੀ ਕਰ ਲੱਗਦੀਆਂ ਸਾਡਾ ਮਾਂ ਪਿਓ ਸਕੂਨ ਨਾਲ ਰਹੇ ਕੋਈ ਪਰੇਸ਼ਾਨੀ ਨਾ ਸਾਡੇ ਮਾਂ ਪਿਓ ਨਾ ਆਵੇ ਅਤੇ ਹੁਣ ਮੈਂ ਚਾਵਲ ਬਣਾ ਰਹੀ ਹਾਂ ਤੜਕੇ ਵਾਲੇ ਅਤੇ ਘਿਓ ਗਰਮ ਹੋ ਗਿਆ ਵਾ ਹੁਣ ਲੱਗੀ ਜ਼ੀਰਾ ਪਾਉਣ ਪਹਿਲਾਂ ਜ਼ੀਰਾ ਤੜਕਾ ਲਾਵਾਂਗੀ ਚਾਵਲਾਂ ਨੂੰ ਚਾਵਲ ਇੱਦਾਂ ਭੇਂ ਕੇ ਲੈ ਜਾਂਦੇ ਦੇਖੋ ਇੱਕ ਡੱਬਾ ਵਾ ਆਹ ਵਾਲਾ 2 ਕਿਲੋ ਲੈ ਜਾਂਦਾ ਚਾਵਲ ਅਤੇ ਹੁਣ ਕਰਦੇ ਹਾਂ ਮਸਾਲੇ ਨੂੰ ਫਰਾਈ ਮੈਲ ਪਤ ਪਾਣੀ ਲਿਆ ਪਾਣੀ ਮਿੱਟੀ
ਰੱਖ ਮੇਰੇ ਕੋਲ, ਨਮਕ ਵਾਲਾ ਡੱਬਾ ਵੀ ਖੋਲ ਕੇ ਫੜਾ ਦੇ, ਨਮਕ ਵੀ ਪਾਉਣਾ ਥੋੜ੍ਹਾ ਵਿੱਚ, ਕਿਉਂਕਿ ਜੀ ਮੈਂ ਤਾਂ ਤੜਕੇ ਦੇ ਚਾਵਲ ਇਸ ਟਾਈਮ ਬਣਾਉਂਦੀ ਹਾਂ, ਬਹੁਤਾ ਹੋਵੇ ਨਾ ਅਤੇ ਵਿੱਚ ਛੋਟਾ ਜਿਹਾ ਪਿਆਜ਼ ਵੀ ਪਾ ਲਿਆ ਦਿੰਦੀ ਹੁੰਦੀ ਹਾਂ, ਕਿਉਂਕਿ ਇਸ ਤਰ੍ਹਾਂ ਨਾ ਜ਼ੀਰੇ ਦਾ ਤੜਕਾ ਲਾ ਕੇ ਬਹੁਤ ਜ਼ਬਰਦਸਤ ਚਾਵਲ ਬਣਦੇ ਆ, ਕੁਛ ਬਹੁਤ ਬਹੁਤ ਜ਼ਿਆਦਾ ਪਿਆਰੀ ਆਉਂਦੀ ਹੈ। ਅੱਛਾ ਜੀ ਮੈਂ ਪਾਉਂਦੀ ਹਾਂ ਪਾਣੀ, ਆਹ ਦੂਸਰਾ ਮੱਗਾ ਪਾਤਾ, ਦੋ ਮੱਗੇ ਪਾਤੇ ਆ, ਅੱਛਾ ਨਾਲ ਹੀ ਪਾ ਦੇਵਾਂ ਨਮਕ, ਪਾਣੀ ਉਬਲਦਾ ਅਤੇ ਚਾਵਲ ਪਾ ਦੇਣੇ। ਮਾਸ਼ਾਅੱਲਾ ਚਾਵਲ ਵੀ ਬਣ ਗਿਆ, ਦੇਖੋ ਤੜਕੇ ਦੇ ਚਾਵਲ ਵੀ ਬਣਾ ਲਿਆ, ਅਤੇ ਉਹ ਇੱਧਰ ਦਾਲ ਵੀ ਗਰਮ ਕਰ ਲਿਆਉਂਦੀ ਆ ਦੇਖੋ, ਅਤੇ ਹੁਣ ਬੱਚਿਆਂ ਨੂੰ ਦੇਣੀ ਆ ਰੋਟੀ, ਜੋ ਕੁਛ ਰੋਜ਼ ਨਹਾ ਕੇ ਆ ਗਿਆ ਵਰਦੀ ਚੇਂਜ ਕਰਕੇ ਆਪਣੀ, ਕਿਉਂਕਿ ਹੁਣ ਇਹਨਾਂ ਨੇ ਖਾਣਾ ਖਾ ਕੇ ਜਾਣਾ ਟਿਊਸ਼ਨ, ਟਿਊਸ਼ਨ ਤਾਂ ਪੜ੍ਹਨ। ਬਿਸਮਿਲ੍ਲਾ ਦਾਲ ਬਣੀ ਹੋਵੇ ਅਤੇ ਨਾਲ ਚਾਵਲ ਹੋਣ ਤੜਕੇ ਵਾਲੇ, ਮਜ਼ਾ ਹੀ ਆਪਣਾ। ਚਲੋ ਜੀ ਬਿਸਮਿਲ੍ਲਾ ਪੜ੍ਹ ਕੇ ਖਾਂਦੇ ਹਾਂ, ਤੁਸੀਂ ਵੀ ਖਾਣਾ ਅਤੇ ਆ ਜਾਓ ਜੀ ਬਿਸਮਿਲ੍ਲਾ, ਰਲ ਕੇ ਬੈਠ ਕੇ ਖਾਂਦੇ ਹਾਂ ਦੁਪਹਿਰ ਦਾ ਖਾਣਾ, ਅਤੇ ਵੀਡੀਓ ਤਾਂ ਕਰਦੀ ਹਾਂ, ਸਾਡੇ ਅੱਜ ਵੀਡੀਓ ਅਗਰ ਪਸੰਦ ਆਵੇ ਲਾਈਕ ਔਰ ਸ਼ੇਅਰ ਕਰੀਓ, ਔਰ ਕਮੈਂਟ ਵਿੱਚ ਲਾਜ਼ਮ ਦੱਸਿਓ ਮੇਰਾ ਅੱਜ ਦਾ ਵਲੋਗ ਕਿਸ ਤਰ੍ਹਾਂ ਲੱਗਾ, ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।